ਹੈਲੋ ਗਾਈਸ, ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ। ਕਾਫੀ ਟਾਈਮ ਹੋ ਗਿਆ ਆਪਣੀ ਕੋਈ ਵੀਡੀਓ ਵਗੈਰਾ ਨਹੀਂ ਆਈ ਸੀ, ਹੈ ਨਾ। ਅਤੇ ਹੁਣ ਤੋਂ ਆਪਣੀ ਡੇਲੀ ਵੀਡੀਓ ਵਗੈਰਾ ਆਇਆ ਕਰੂੰਗੀ, ਡੇਲੀ ਆਪਾਂ ਆਪਣੀ ਵੀਡੀਓ ਅਪਲੋਡ ਕਰਾਂਗੇ ਡੇਲੀ। ਐਂਡ ਅੱਜ ਆਪਾਂ ਚੱਲੇ ਆਪਣੇ ਮੇਲਵੁੱਡ, ਥੋੜ੍ਹਾ ਜਿਹਾ ਕੰਮ ਸੀਗਾ ਅਤੇ ਦਿਖਾਉਂਦੇ ਆਪਾਂ ਕੀ ਕਰਨਾ ਅੱਜ। ਅਤੇ ਬ੍ਰੇਕਫਾਸਟ ਆਪਾਂ ਇੱਕ ਆਈਸਕ੍ਰੀਮ ਲਈ ਆ ਅਤੇ ਇੱਕ ਪਾਣੀ ਦੀ ਬੋਤਲ। ਆਹ ਮੈਂ ਤਾਂ ਦੱਸ ਰਿਹਾ ਕਿਉਂਕਿ ਮੇਰੀ ਮੰਮੀ ਕਹਿੰਦੀ ਰਹਿੰਦੀ ਖਾਂਦਾ ਕੀ ਆ ਤੂੰ, ਖਾਂਦਾ ਕੀ ਆ, ਤਾਂ ਦੱਸ ਦੇਵਾਂ। ਹੁਣ ਤੱਕ ਸਿਰਫ ਆਹੀ ਖਾਧਾ ਅਤੇ ਬਾਕੀ ਆਪਾਂ ਚੱਲਦੇ ਅੱਗੇ, ਦਿਖਾਉਂਦੇ ਆ ਤੁਹਾਨੂੰ ਸਾਰਾ ਆਪਣਾ, ਹੈ ਨਾ, ਕੀ ਕੰਮ ਕਰਨ ਜਾਣਾ ਆਪਾਂ ਅੱਜ। ਆਪਾਂ ਅੱਜ ਬੈਂਕ 'ਚ ਵੀ ਜਾਣਾ ਅਤੇ ਇੱਕ ਸਟੂਡੈਂਟ ਦੀ ਹੈਲਪ ਵੀ ਕਰਨੀ ਆ, ਉਹ ਕੋਰਸ ਚੱਕਣੇ ਵਿਚਾਰਾ। ਇੰਡੀਆ ਤੋਂ ਨਵਾਂ ਨਵਾਂ ਆਇਆ, ਮੈਨੂੰ ਮੈਸੇਜ ਕਰਿਆ ਸੀ ਯੂਟਿਊਬ ਦੀ ਵੀਡੀਓ ਦੇਖ ਕੇ। ਅਤੇ ਹੋਰ ਗੁਰਦੁਆਰੇ ਜਾਣਾ ਆਪਾਂ, ਅਤੇ ਮੈਂ ਬੱਸ ਪਾਸ ਲੈ ਕੇ ਆਉਣਾ, ਸਾਰਾ ਕੁਝ ਤੁਹਾਨੂੰ ਦਿਖਾਊਂਗਾ ਵੀਡੀਓ 'ਚ, ਬਣੇ ਰਹੋ। ਓਕੇ ਜੀ, ਚੱਲਦੇ ਆਪਣਾ ਸਟੇਸ਼ਨ। ਫਸਟ ਮਿੱਤਰ ਸਟੇਸ਼ਨ ਸਾਡੇ ਘਰ ਤੋਂ ਕੋਲ, ਬਹੁਤ ਕੋਲ ਆ ਸਟੇਸ਼ਨ, ਮਤਲਬ 5 ਮਿੰਟ ਦੀ ਵਾਕ 'ਤੇ ਸਾਨੂੰ ਆਹ ਸਟੇਸ਼ਨ ਮਿਲ ਜਾਂਦਾ। ਨਾ ਜ਼ਿਆਦਾ ਸਾਨੂੰ ਇੱਧਰ ਉੱਧਰ ਘੁੰਮਣਾ ਪੈਂਦਾ, ਨਾ ਕੋਈ ਬੱਸ ਲੈਣੀ ਪੈਂਦੀ ਸਟੇਸ਼ਨ ਜਾਣ ਵਾਸਤੇ। ਇੰਨੀ ਵਧੀਆ ਲੋਕੇਸ਼ਨ ਸਾਨੂੰ ਘਰ ਮਿਲਿਆ ਹੋਇਆ ਮਿੱਤਰੋ, 38 ਐਵੈਨਿਊ। ਦੇਖੋ ਮਿੱਤਰੋ, ਟ੍ਰੇਨ ਆਪਣੀ ਹੁਣੀ ਮਿੱਤਰ, ਆਪਾਂ ਟ੍ਰੇਨ 'ਚ ਇੱਥੇ ਇੱਧਰ ਉਤਰੇ ਆ ਅਤੇ ਆਹ ਆਪਣੀ ਸਾਹਮਣੇ ਆ ਬੱਸ, ਉਹ ਬੱਸ ਕਹਿੰਦਾ ਬੈਂਕ, ਸੱਚ ਸਾਹਮਣੇ ਆਪਣੀ ਬੈਂਕ ਚੱਲਦੇ ਆਪਣਾ ਬੈਂਕ। ਆਪਾਂ ਪਹੁੰਚ ਗਏ ਮਿੱਤਰ, ਆਪਾਂ ਬੈਂਕ ਆ ਗਿਆ ਆਪਣਾ ਕੈਸ਼ ਬਾਰ ਹੋ ਗਏ ਮਿੱਤਰ, ਆਪਾਂ ਵਿਹਲੇ ਹੁਣ। ਹੁਣ ਆਪਾਂ ਚੱਲੇ ਆ ਮੇਲਵੁੱਡ ਲਾਇਬ੍ਰੇਰੀ, ਥੋੜ੍ਹਾ ਜਿਹਾ ਕੰਮ ਆ ਉੱਥੇ ਵੀ, ਫਿਰ ਉਸ ਤੋਂ ਬਾਅਦ ਆਪਾਂ ਜਾਣਾ ਗੁਰਦੁਆਰੇ ਐਂਡ ਬੱਸ ਪਾਸ ਲੈਣ ਅਤੇ ਆਪਣੀ ਭਾਬੀ ਨੂੰ ਵੀ ਮਿਲਣ ਜਾਣਾ ਆਪਾਂ ਅੱਜ। ਵੱਧਦੇ ਹਾਂ ਆਪਾਂ ਅੱਗੇ, ਮੇਲਵੁੱਡ ਟਾਊਨ ਸੈਂਟਰ। ਮੇਲਵੁੱਡ ਵੀ ਆਪਾਂ ਜਾਇਆ, ਟਾਊਨ ਸੈਂਟਰ, ਲਾਇਬ੍ਰੇਰੀ ਵੀ ਜਾਇਆ ਹੈ, ਹੁਣ ਆਪਾਂ ਜਾਣਾ ਇੱਥੇ ਬੈਂਕ ਵੀ ਜਾਇਆ ਹੈ, ਹੁਣ ਆਪਾਂ ਚੱਲੇ ਗੁਰਦੁਆਰੇ ਮਿੱਤਰੋ। ਗੁਰਦੁਆਰਾ ਆ ਸਾਹਮਣੇ ਹੈਗਾ ਗ੍ਰੋਸਰੀ ਸਟੋਰ, ਚੱਲੀਏ ਆਪਾਂ ਗ੍ਰੋਸਰੀ ਸਟੋਰ ਪਹਿਲਾਂ। ਮਿੱਤਰੋ ਲੈ ਲਿਆ ਆਪਾਂ ਦੁੱਧ, ਹੁਣ ਚੱਲਦੇ ਆਪਾਂ ਗੁਰਦੁਆਰੇ। ਮਿੱਤਰ ਮੈਂ ਗ੍ਰੋਸਰੀ ਸਟੋਰ ਦੁੱਧ ਲੈਣ ਗਿਆ ਨਾ, ਅਤੇ ਉੱਥੇ ਰੱਖੜੀਆਂ ਸੀਗੀਆਂ, ਮਿਲਦੀਆਂ ਸੀਗੀਆਂ 99 ਸੈਂਟ ਦੀਆਂ, 49 ਸੈਂਟ ਦੀਆਂ। ਪਰ ਲੋਕ ਫੇਸਬੁੱਕ 'ਤੇ ਵੇਚੀ ਜਾਂਦੇ ਆ, ਮਾਰਕੀਟ ਪਲੇਸ 'ਤੇ $2 ਦੀਆਂ, ਕੋਈ $3 ਦੀਆਂ ਵੇਚੀ ਜਾਂਦਾ, ਇੰਨਾ ਫਰਕ ਆ। ਦੇਖੋ ਇੱਥੋਂ ਰੱਖੜੇ ਲੈ ਲਓ ਆਪਦੀ, ਫਿਰ ਮਾਰਕੀਟ, ਫਿਰ ਫੇਸਬੁੱਕ ਮਾਰਕੀਟ ਪਲੇਸ 'ਤੇ ਵੇਚੀ ਜਾਓ। ਮਿੱਤਰ ਆਪਾਂ ਰੈਕ ਸੈਂਟਰ ਹੁਣ ਲੈ ਲਈਏ ਆਪਾਂ ਆਪਣਾ ਲਾਇਬ੍ਰੇਰੀ, ਉਹ ਬੱਸ ਪਾਸ, ਸੱਚ ਬੱਸ ਪਾਸ ਲੈ ਲਈਏ, ਉਸ ਤੋਂ ਬਾਅਦ ਆਪਾਂ ਚੱਲਦੇ ਆਪਣੇ ਘਰੇ ਵਾਪਸ, ਹੋਰ ਤੋਂ ਕੰਮ ਰਹਿ ਨਹੀਂ ਗਿਆ ਆਪਾਂ ਨੂੰ। ਲੈ ਲਿਆ ਮਿੱਤਰ ਬੱਸ ਪਾਸ, ਨਹੀਂ ਜ਼ਿਆਦਾ ਸਿਰਦਰਦੀ ਹੈ ਨਾ ਮਿੱਤਰ ਕੈਨੇਡਾ ਆ ਕੇ, ਉਹ ਲੈਣਾ ਉਹ ਲੈਣਾ ਉਹ ਲੈਣਾ ਉਹ ਲੈਣਾ, ਬੰਦਾ ਪਾਗਲ ਹੋ ਜਾਂਦਾ ਯਾਰ। $35 ਗਾਰਬੇਜ। ਗੁਰਦੁਆਰੇ ਜਾ ਕੇ ਮਜ਼ਾ ਆ ਗਿਆ ਯਾਰ, ਇੰਨਾ ਥੱਕਿਆ ਹੋਇਆ ਸੀਗਾ ਨਾ, ਇੰਨਾ ਜ਼ਿਆਦਾ ਮਤਲਬ
ਰਾਤ ਨੂੰ ਅਸਾਈਨਮੈਂਟ ਕਰੀ, ਉਹ ਕਰਿਆ, ਆਪਦਾ ਸਕੂਲ ਦਾ ਕੰਮ ਵਗੈਰਾ ਕਰਿਆ, ਜਾਂ ਡੈੱਡ ਹੋ ਜਾਂਦਾ ਬੰਦਾ, ਮਤਲਬ ਥੱਕ ਹਾਰ ਜਾਂਦਾ। ਗੁਰਦੁਆਰੇ ਜਾ ਕੇ ਵਧੀਆ ਲੱਗਦਾ ਯਾਰ, ਡੇਲੀ ਆਇਆ ਕਰਨਾ, ਦੇਖੋਗੇ ਟਰਾਈ ਕਰਾਂਗੇ। ਹੁਣ ਆਪਾਂ ਜਾਣਾ ਨੈਕਸਟ ਇੱਕ ਜਗ੍ਹਾ ਹੋਰ ਜਾਣਾ, ਉਸ ਤੋਂ ਬਾਅਦ ਆਪਾਂ ਫੇਰ ਕਰੇ ਜਾਣਾ ਸ਼ੋਪਰਸ ਵੀ ਜਾਣਾ ਹਲੇ, ਫਿਰ ਮਿਲਦੇ ਆਪਾਂ ਹੁਣ ਸ਼ੋਪਰਸ ਜਾ ਕੇ। ਸਾਡਾ ਟਿਫਨ ਵੀ ਅਤੇ ਨਾਲ ਤੁਸੀਂ ਸਵੇਰ ਦਾ ਮਿਸ ਕਰਦੇ ਹੋਣੇ ਸਾਡੇ ਉਸਤਾਦ ਜੀ ਨੂੰ। ਉਸਤਾਦ ਜੀ ਸਲੂਟ ਮਾਰੋ ਉੱਪਰ ਦੇਖ ਕੇ, ਉੱਪਰ ਦੇਖ, ਐਂਡਿੰਗ ਕਰਨੀ ਬਲੌਗ ਦੀ, ਫਿਰ ਬੋਲਦੇ ਕਿ ਥੈਂਕ ਯੂ ਬਲੌਗ ਦੇਖਣ ਵਾਸਤੇ। ਬੋਲ, ਚਾੜਾ ਮਾਰ ਲੈਣਾ ਉੱਪਰ, ਦੇਖ ਉੱਪਰ, ਬੋਲ ਥੈਂਕ ਯੂ। ਥੈਂਕ ਯੂ ਫੋਰ ਵਾਚਿੰਗ ਹਿਸ ਬਲੌਗ, ਮੇਕ ਸ਼ੂਰ ਟੂ ਸਬਸਕ੍ਰਾਈਬ, ਲਾਈਕ, ਕਮੈਂਟ ਐਂਡ ਸ਼ੇਅਰ। ਓਕੇ।